ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਇੱਕ ਨਵੀਂ ਵੀਡੀਓ, ਰੋਮਾਨੀਆ ਦੀ ਜਿਹੜੇ ਟੀ ਆਰ ਪੇਪਰ ਆ ਨਾ, ਉਹਨਾਂ ਬਾਰੇ, ਟੈਂਪਰੇਰੀ ਜਿਹਨੂੰ ਰੈਜੀਡੈਂਟ ਕਹਿੰਦੇ ਕਾਰਡ ਆਪਾਂ। ਅਤੇ ਉਹਦੇ 'ਚ ਮੈਂ ਤੁਹਾਨੂੰ ਦੱਸਣਾ ਕਿ ਜਿੱਦਾਂ ਨਾ ਬਹੁਤੀਆਂ ਹੁਣ ਇੱਥੇ ਕੰਪਨੀਆਂ ਇੱਦਾਂ ਹੀ ਆ, ਪਤਾ ਤਾਂ ਹੈ ਨਹੀਂ ਆਪਾਂ ਨੂੰ ਬਾਹਲਾ, ਹੈ ਨਾ, ਵੀ ਕੰਪਨੀਆਂ ਚੰਗੀਆਂ ਜਾਂ ਮਾੜੀਆਂ, ਹੈ ਨਾ। ਅਤੇ ਉਹਦੇ 'ਤੇ ਮੈਂ ਤੁਹਾਨੂੰ ਦੱਸਣਾ ਕਿ ਜੇਕਰ ਕੰਪਨੀ ਤੁਹਾਡੀ ਟੀ ਆਰ ਨਹੀਂ ਬਣਾਉਂਦੀ, ਹੈ ਨਾ, ਕਾਰਡ ਤੁਹਾਡਾ ਨਹੀਂ ਬਣਾਉਂਦੀ, ਤਾਂ ਉਹ ਤਾਂ ਆਪਾਂ ਉਹ ਵੀ ਬਣਾ ਸਕਦੇ ਹਾਂ। ਅਤੇ ਤੁਸੀਂ ਇੰਡੀਆ ਤੋਂ ਆਉਂਦੇ, ਤੁਹਾਡਾ 90 ਦਿਨ ਦਾ ਪ੍ਰੋਸੈਸ ਆ, ਅਤੇ 90 ਦਿਨ ਦਾ ਹੁੰਦਾ, 90 ਦਿਨ ਦੇ ਵਿੱਚ ਵਿੱਚ ਤੁਹਾਡਾ ਮੈਡੀਕਲ ਹੋ ਕੇ, ਮੈਡੀਕਲ ਤੋਂ ਬਾਅਦ 'ਚ ਤੁਹਾਡੇ ਫਿੰਗਰਪ੍ਰਿੰਟ ਹੋਣੇ ਜ਼ਰੂਰੀ ਆ 90 ਦਿਨ ਦੇ ਵਿੱਚ ਵਿੱਚ। ਜੇ ਨਹੀਂ ਹੁੰਦੇ ਤਾਂ ਉਹ ਪ੍ਰੋਬਲਮ, ਇਮੀਗ੍ਰੇਸ਼ਨ ਨੇ ਤੁਹਾਨੂੰ ਚੱਕ ਲੈਣਾ ਅਤੇ ਇੰਡੀਆ ਭੇਜ ਦੇਣਾ ਉੱਥੇ ਡਿਪੋਰਟ ਕਰਕੇ। ਅਤੇ ਉਹ ਮੈਂ ਤੁਹਾਨੂੰ ਦੱਸਣਾ ਸੀ ਕਿ ਉਹਦੇ ਵਾਸਤੇ ਤੁਸੀਂ ਜਿੱਦਾਂ ਕੰਪਨੀਆਂ ਨਹੀਂ ਜੇ ਬਣਾਉਂਦੀਆਂ, ਹੈ ਨਾ, ਅਤੇ ਕੰਪਨੀਆਂ ਨਹੀਂ ਬਣਾਉਂਦੀਆਂ ਹੈਗੀਆਂ, ਅਤੇ ਤੁਸੀਂ ਕੀ ਕਰੋ, ਤੁਸੀਂ ਆਪ ਖੁਦ ਬਣਾ ਲਓ। ਹੁਣ ਜੇ ਆਪਾਂ ਇੰਨੇ ਪੈਸੇ ਲਾ ਕੇ ਆਏ ਹਾਂ ਅਤੇ ਉੱਥੇ ਥੋੜ੍ਹੇ ਵਾਲਿਆਂ ਨਾਲ ਕੋਈ ਫਰਕ ਨਹੀਂ ਪੈਂਦਾ, ਵਾਲੇ ਪੈਸੇ ਨਹੀਂ ਲੱਗਦੇ, ਉਹ 100-100 ਕੁ ਯੂਰੋ ਤੱਕ ਖਰਚਾ ਆਉਂਦਾ, ਜ਼ਿਆਦਾ ਨਹੀਂ ਆਉਂਦਾ ਹੈਗਾ, ਅਤੇ ਉਹ ਆਪਾਂ ਆਪ ਕਰ ਸਕਦੇ ਹਾਂ, ਠੀਕ ਹੈ ਜੀ। ਅਤੇ ਉਹਦਾ ਇੱਦਾਂ ਨਾ, ਕੰਪਨੀਆਂ ਹੁਣ ਪਿੱਛੇ ਜੀ ਬੰਦੇ ਚੱਲ ਗਏ ਇੰਡੀਆ, ਅਤੇ ਉਹਨਾਂ ਦੇ 90 ਦਿਨ ਹੋ ਗਏ ਸੀ, ਉਹਨਾਂ ਨੂੰ ਪਤਾ ਨਹੀਂ ਸੀ, ਅਤੇ ਸਾਨੂੰ ਵੀ ਬਹੁਤਿਆਂ ਬੰਦਿਆਂ ਨੂੰ ਨਹੀਂ ਸੀ ਪਤਾ, ਹੁਣ ਅਸੀਂ ਨੌਲੇਜ ਸਾਨੂੰ ਆਈ ਜਾਂਦੀ ਇਸ ਬਾਰੇ, ਅਤੇ ਉਹ ਪਤਾ ਨਹੀਂ ਸੀ। ਅਤੇ ਉਹਨਾਂ ਨੇ ਇਮੀਗ੍ਰੇਸ਼ਨ ਉਹਨਾਂ ਨੂੰ ਚੱਕ ਲਿਆ, ਉਹਨਾਂ ਨੂੰ ਕਿਹਾ ਕਿ ਮਤਲਬ ਤੁਸੀਂ ਤੁਹਾਡੇ ਫਿੰਗਰਪ੍ਰਿੰਟ ਨਹੀਂ ਹੋਏ ਹੈਗੇ, ਜਾਂ ਸਿਸਟਮ 'ਚ ਉਹਨਾਂ ਨੇ ਚੈੱਕ ਕੀਤਾ, ਅਤੇ ਉਹਨਾਂ ਨੇ ਕਿਹਾ ਵੀ ਇਹ ਸਾਡੀ ਕੰਪਨੀ ਦੀ ਜ਼ਿੰਮੇਵਾਰੀ ਹੈ। ਉਹ ਕਹਿੰਦੇ ਵੀ ਮਤਲਬ 90 ਦਿਨ ਦੇ ਵਿੱਚ ਵਿੱਚ ਕਰਨੇ ਹੁੰਦੇ ਆ, ਜੇਕਰ ਕੰਪਨੀ ਨਹੀਂ ਕਰਦੀ ਤਾਂ ਤੁਸੀਂ ਇਮੀਗ੍ਰੇਸ਼ਨ ਆਫਿਸ ਆ ਜਾਓ, ਜਾਂ ਜਿੱਥੇ ਟੀ ਆਰ ਆਈ ਡੀ ਬਣਦੀਆਂ ਹਨ ਉੱਥੇ ਤੁਸੀਂ ਆਓ ਅਤੇ ਸਾਨੂੰ ਦੱਸੋ ਵੀ ਕੀ ਚੱਕਰ, ਕਿਉਂ ਨਹੀਂ ਬਣਦੇ, ਉਹ ਗੱਲ ਸੁਣਦੇ ਆ। ਜੇਕਰ ਕੰਪਨੀ ਨਹੀਂ ਬਣਾਉਂਦੀ ਤਾਂ ਤੁਸੀਂ ਖੁਦ ਮੈਡੀਕਲ ਕਰਾ ਕੇ, ਅਤੇ 3 ਮਹੀਨੇ ਤੱਕ ਵੈਲਿਡ ਹੁੰਦਾ ਮੈਡੀਕਲ, ਮੈਡੀਕਲ ਕਰਾ ਕੇ ਤਾਂ ਤੁਸੀਂ ਆਪ ਖੁਦ ਬਣਾ ਸਕਦੇ ਹਾਂ। ਅਤੇ ਉਹਦੇ ਵਾਸਤੇ ਪਹਿਲਾਂ ਮੈਡੀਕਲ ਕਰਾਉਣਾ, ਠੀਕ ਹੈ ਜੀ, ਮੈਡੀਕਲ ਕਰਾ ਕੇ ਫਿਰ ਬਾਕੀ ਡਾਕੂਮੈਂਟ ਤਾਂ ਪਾਸਪੋਰਟ ਆਪਣੇ ਕੋਲ ਹੀ ਹੁੰਦਾ, ਉਹ ਲੱਗਦਾ ਵਾ, ਉਹ ਲਾ ਕੇ ਅਤੇ ਫਿਰ ਪੇਪਰ ਸਬਮਿਟ ਕਰ ਦਿੰਦੇ ਉੱਥੇ, ਅਤੇ ਉਹ ਅਪੁਆਇੰਟਮੈਂਟ ਲੈਣੀ ਪੈਂਦੀ ਆ, ਔਨਲਾਈਨ ਅਪੁਆਇੰਟਮੈਂਟ, ਅਪੁਆਇੰਟਮੈਂਟ ਜਦੋਂ ਮਿਲ ਜਾਂਦੀ ਆ ਫਿਰ ਤੁਹਾਨੂੰ ਇੱਕ ਡੇਟ ਦਿੱਤੀ ਜਾਂਦੀ ਆ, ਫਲਾਣੀ ਡੇਟ ਨੂੰ ਤੁਹਾਡੇ ਫਿੰਗਰਪ੍ਰਿੰਟ ਹੋਣੇ ਆ, ਠੀਕ ਆ ਜੀ। ਅਤੇ ਉੱਦਣ ਜਾ ਕੇ ਤੁਸੀਂ ਫਿੰਗਰਪ੍ਰਿੰਟ ਕਰਾ ਲਓ, ਫਿੰਗਰਪ੍ਰਿੰਟ ਕਰਾ ਕੇ ਉਸ ਤੋਂ ਬਾਅਦ 'ਚ ਮਹੀਨੇ ਬਾਅਦ ਜਾਂ 35-40 ਦਿਨ ਦੇ ਵਿੱਚ ਟੀ ਆਰ ਕਾਰਡ ਮਿਲ ਜਾਂਦਾ, ਪੇਪਰ 'ਤੇ ਲਿਖਿਆ ਹੁੰਦਾ, ਅਤੇ ਉਹ ਪੇਪਰ ਤੁਹਾਡੇ ਕੋਲ ਹੀ ਹੁੰਦਾ, ਜੇ ਤੁਸੀਂ ਆਪ ਬਣਵਾਇਆ ਨਹੀਂ ਤਾਂ ਕੰਪਨੀ ਕੋਲ ਹੁੰਦਾ, ਉਹ ਉਦੋਂ ਦੇ ਦਿੰਦੇ ਆ ਤੁਹਾਨੂੰ ਪੇਪਰ ਕੱਟ ਕੇ, ਜਦ ਫਿੰਗਰਪ੍ਰਿੰਟ ਹੁੰਦੇ ਆ, ਅਤੇ ਉਹ ਪੇਪਰ ਫਿਰ ਲੈ ਕੇ, ਪੇਪਰ ਲੈ ਕੇ ਅਤੇ ਤੁਸੀਂ ਉਸ ਦਿਨ ਜਾਣਾ ਹੁੰਦਾ ਉੱਥੇ ਟੀ ਆਰ ਕਾਰਡ ਲੈਣ, ਉਦਨ ਉਸ ਉਹ ਪੇਪਰ ਦਿਖਾ ਕੇ ਤੁਹਾਨੂੰ ਤੁਹਾਡੇ ਸਾਈਨ ਹੋ ਕੇ ਤੁਹਾਨੂੰ ਤੁਹਾਡਾ ਕਾਰਡ ਮਿਲ ਜਾਂਦਾ, ਨਾਲ ਪਾਸਵਰਡ ਦੇਖਦੇ ਆ। ਅਤੇ ਉਹ ਮੈਂ ਤੁਹਾਨੂੰ ਦੱਸਣਾ ਸੀ ਕਿ ਜੇ ਕੰਪਨੀ ਨਹੀਂ ਬਣਾਉਂਦੀ ਤਾਂ ਕੰਪਨੀ ਦੇ ਚੱਕਰਾਂ 'ਚ ਨਾ ਰਿਹੋ, ਠੀਕ ਹੈ ਜੀ, ਕੰਪਨੀ ਦੇ ਚੱਕਰਾਂ 'ਚ ਨਾ ਰਿਹੋ। ਅਤੇ ਜੇਕਰ ਤੁਸੀਂ ਕੰਪਨੀ ਚੱਕਰਾਂ 'ਚ ਰਹੇ ਤਾਂ ਫਿਰ 90 ਦਿਨ ਤੋਂ ਬਾਅਦ ਤੁਹਾਨੂੰ ਇਮੀਗ੍ਰੇਸ਼ਨ ਨੇ ਚੱਕ ਲੈਣਾ ਅਤੇ ਇੰਡੀਆ ਭੇਜ ਦੇਣਾ। ਇੰਡੀਆ ਜਿਹੜੇ ਬੰਦੇ ਗਏ ਆ ਉਹਨਾਂ ਨੂੰ ਏਜੰਟਾਂ ਨੇ ਕੋਈ ਪੈਸਾ ਨਹੀਂ ਦਿੱਤਾ ਹੈਗਾ, ਠੀਕ ਹੈ ਜੀ, 1 ਵੀ ਰੁਪਈਆ ਨਹੀਂ ਦਿੱਤਾ, ਅਤੇ ਇੱਦਾਂ ਗੇੜੇ ਗੂੜੇ ਲਾਈ ਜਾਂਦੇ। ਇਹਨੂੰ ਬੈਟਰ ਆ ਕਿ ਤੁਸੀਂ ਥੋੜ੍ਹਾ ਬਾਲਿਕ ਆਪ ਖਰਚ ਕੇ, ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੀ ਕੰਪਨੀ ਨਹੀਂ ਬਣਾ ਰਹੀ, ਤੁਸੀਂ ਆਪ ਖਰਚ ਕੇ ਅਤੇ ਤੁਸੀਂ ਟੀ ਆਰ ਕਾਰਡ ਲੈ ਲਓ, ਠੀਕ ਹੈ ਜੀ। ਜੇ ਹੁਣ ਇੱਥੇ ਮਾਨੀਆਂ ਦੇ ਵਿੱਚ ਅੱਡੋ ਅੱਡੀ ਸ਼ਹਿਰਾਂ ਦੇ ਵਿੱਚ ਇਮੀਗ੍ਰੇਸ਼ਨ ਆਫਿਸ ਹੈਗੇ ਆ ਜਿੱਥੇ ਫਿੰਗਰਪ੍ਰਿੰਟ ਹੁੰਦੇ ਆ, ਉਹ ਮੈਨੂੰ ਸਾਰਿਆਂ ਦਾ ਤਾਂ ਨਹੀਂ ਪਤਾ, ਅਤੇ ਕੰਪਨੀ ਦੇ ਵਿੱਚ ਕੁਛ ਬੰਦੇ ਹੁੰਦੇ ਆ ਜਾਂ ਕੁਛ ਇੱਦਾਂ ਦੇ ਹੁੰਦੇ ਆ, ਇੱਕ ਦੂਜੇ ਕੋਲ ਸਲਾਹ ਲੈ ਕੇ ਤੁਸੀਂ ਪਹੁੰਚ ਸਕਦੇ ਹੋ ਕਿੱਥੇ ਆਫਿਸ ਹੈ। ਜੇਕਰ ਤੁਹਾਨੂੰ 90 ਦਿਨ ਹੋਣ ਵਾਲੇ ਆ, ਠੀਕ ਹੈ ਜੀ, ਅਤੇ ਤੁਹਾਡਾ ਹਜੇ ਤੱਕ ਕੁਛ ਨਹੀਂ ਹੋਇਆ, ਇਕੱਲਾ ਮੈਡੀਕਲ ਹੀ ਹੋਇਆ, ਅਤੇ ਤੁਸੀਂ ਇਮੀਗ੍ਰੇਸ਼ਨ ਉੱਥੇ ਜਾਓ ਜਿੱਥੇ ਤੁਹਾਡੇ ਫਿੰਗਰਪ੍ਰਿੰਟ ਹੁੰਦੇ ਆ, ਜਿੱਥੇ ਤੁਹਾਡੇ ਹੈ ਨਾ ਆਈ ਡੀ ਮਿਲਦੀ ਆ, ਪੁੱਛ ਗਿੱਛ ਕਰਕੇ ਉੱਥੇ ਜਾਓ, ਜਾ ਕੇ ਉਹਨਾਂ ਨੂੰ ਕਹੋ ਵੀ ਸਾਡੀ ਕੰਪਨੀ ਨੇ ਸਾਨੂੰ ਆਹ ਕਰਾਇਆ ਨਹੀਂ ਆ, ਠੀਕ ਹੈ ਜੀ, ਵੀ ਸਾਡਾ ਮੈਡੀਕਲ ਹੋਇਆ ਵਾ, ਫਿੰਗਰਪ੍ਰਿੰਟ ਨਹੀਂ ਹੋਏ ਹੈਗੇ। ਮੈਡੀਕਲ ਦਾ ਕੋਈ ਉਹ ਨਹੀਂ ਹੈਗਾ, ਜੇ ਮੈਡੀਕਲ ਹੋ ਗਿਆ ਮੈਡੀਕਲ ਨੂੰ ਕੋਈ ਨਹੀਂ ਪੁੱਛਦਾ, ਜਦ ਤੱਕ ਤੁਹਾਡੇ ਫਿੰਗਰਪ੍ਰਿੰਟ ਨਹੀਂ ਹੁੰਦੇ। ਆਈ ਡੀ ਭਾਵੇਂ ਤੁਹਾਡੀ 2 ਮਹੀਨੇ ਲੇਟ ਹੋ ਜਾਵੇ ਕੋਈ ਚੱਕਰ ਨਹੀਂ ਆ,
ਜਦ ਤਾਈਂ ਤੁਹਾਡੇ ਫਿੰਗਰਪ੍ਰਿੰਟ ਨਹੀਂ ਹੁੰਦੇ ਅਤੇ ਉਹਨਾਂ ਨੂੰ ਦੱਸੋ, ਫਿਰ ਉਹ ਤੁਹਾਡੀ ਕੰਪਨੀ ਦੱਸਣਗੇ ਵੀ ਤੁਸੀਂ ਕਾਹਤੋਂ ਨਹੀਂ ਕਰਵਾਇਆ, ਉਹ ਪੁੱਛਣਗੇ ਕਾਰਨ, ਠੀਕ ਹੈ ਜੀ, ਫਿਰ ਉਹ ਤੁਹਾਨੂੰ ਦੱਸਣਗੇ ਵੀ ਇਹ ਕਾਰਨ ਆ ਵੀ ਨਹੀਂ ਹੋ ਰਿਹਾ, ਜਾਂ ਤੁਸੀਂ ਆਪ ਕਰਾ ਲਓ ਅਤੇ ਤੁਸੀਂ ਫਿਰ ਆਪ ਵੀ ਕਰਾ ਸਕਦੇ ਹੋ, ਕਿਉਂਕਿ ਪਹਿਲੇ ਜਿਹੜੇ ਬੰਦੇ ਗਏ ਉਹਨਾਂ ਨੂੰ ਕੰਪਨੀ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਸੋਰੀ ਉਹਨਾਂ ਨੂੰ ਇਮੀਗ੍ਰੇਸ਼ਨ ਨੇ ਕਿਹਾ ਸੀ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਵੀ 90 ਦਿਨ ਦੇ ਵਿੱਚ ਹੋਣਾ ਹੁੰਦਾ, ਫਾਈਨ ਪੈਂਦਾ ਕੰਪਨੀ ਨੂੰ ਮੇਰੇ ਹਿਸਾਬ ਨਾਲ, ਲੀ ਚੱਲਦੇ ਇੱਥੇ, ਲੀ ਦੇ ਵਿੱਚ ਫਾਈਨ ਪੈਂਦਾ ਵਾ ਅਤੇ ਜੇ ਉਹ ਕਰੋ ਨਾ ਕਰਾਉਣ ਤਾਂ ਹੁਣ ਪਤਾ ਨਹੀਂ ਵੀ ਕੁਝ ਕੰਪਨੀਆਂ ਨਹੀਂ ਕਰਾ ਰਹੀਆਂ, ਮੈਨੂੰ ਕਾਫੀ ਬੰਦਿਆਂ ਦੇ ਫੋਨ ਆਉਣ ਡਿਆ ਸੀ, ਮੈਸੇਜ ਵੀ ਆਉਂਦੇ ਆ ਕਿ ਸਾਡੀ TR ਨਹੀਂ ਬਣੀ, TR ਕਾਰਡ ਦਾ ਸਾਡੇ ਦਾ ਕੁਛ ਹੋਇਆ ਨਹੀਂ, ਕੰਪਨੀ ਬਣਾ ਕੇ ਨਹੀਂ ਦਿੰਦੀ ਹੈਗੀ, ਉਹ ਜ਼ਰੂਰੀ ਆ, ਹੁਣ ਤੁਸੀਂ 2.5 ਲੱਖ ਲਾ ਕੇ ਆਏ ਆ, ਜੇ 5-7 ਹਜ਼ਾਰ ਇੰਡੀਆ ਦਾ ਹੋਰ ਲਾ ਲਓਗੇ ਤਾਂ ਕੋਈ ਫਰਕ ਨਹੀਂ ਪੈਣਾ, TR ਬਣਦੀ ਆ, ਬਣ ਕੇ ਜੇਕਰ ਕੰਪਨੀ ਤੁਹਾਨੂੰ ਨਹੀਂ ਵੀ ਰੱਖਦੀ ਆ ਨਾ ਤਾਂ ਤੁਸੀਂ ਇੱਥੇ ਕੰਪਨੀ ਚੇਂਜ ਕਰਨਾ ਤਾਂ ਲਈ ਈਜ਼ੀ ਹੋ ਜੂਗਾ, ਉਸ ਤੋਂ ਬਿਨਾਂ ਕੰਪਨੀ ਚੇਂਜ ਨਹੀਂ ਕਰ ਸਕਦੇ, ਇਕੱਲੇ ਪਾਸਪੋਰਟ 'ਤੇ ਕੰਪਨੀ ਨਹੀਂ ਚੇਂਜ ਹੁੰਦੀ ਅਤੇ ਉਹ ਜ਼ਰੂਰੀ ਆ, ਅਤੇ ਇਸ ਕਰਕੇ ਇਮੀਗ੍ਰੇਸ਼ਨ ਚੱਕਦੀ ਆ, ਉਹਦੇ ਲਈ 90 ਦਿਨ ਦਾ ਪ੍ਰੋਸੈਸ ਹੁੰਦਾ, ਜਦ ਤੋਂ ਤੁਸੀਂ ਇੰਡੀਆ ਤੋਂ ਆ ਜਾਂਦੇ 90 ਦਿਨ ਦੇ ਵਿੱਚ ਵਿੱਚ ਤੁਹਾਡੇ ਮੈਡੀਕਲ ਹੋ ਕੇ ਮੈਡੀਕਲ ਹੋ ਕੇ ਫਿੰਗਰਪ੍ਰਿੰਟ ਹੋਣੇ ਹੁੰਦੇ ਆ, ਫਿੰਗਰਪ੍ਰਿੰਟ ਹੋ ਕੇ ਫਿਰ ਤੁਹਾਨੂੰ TR ਮਿਲਦੀ ਆ, ਕਾਰਡ ਮਿਲਦਾ, ਅਤੇ ਜੇਕਰ ਤੁਸੀਂ ਨਹੀਂ ਉਹ ਕਰਾਉਂਦੇ ਤਾਂ ਤੁਹਾਨੂੰ ਜਦੋਂ ਵੀ ਇਮੀਗ੍ਰੇਸ਼ਨ ਨੇ ਫੜ ਲਿਆ ਤਾਂ ਇੰਡੀਆ ਭੇਜ ਦੇਣਾ ਸਿੱਧਾ ਡਿਪੋਰਟ ਕਰਕੇ, ਤੋ ਇਸ ਕਰਕੇ ਮੈਂ ਕਹਿੰਦਾ ਕਿ ਜੇਕਰ ਕੰਪਨੀ ਨਹੀਂ ਬਾਂਹ ਫੜਦੀ ਤਾਂ ਤੁਸੀਂ ਟਰਾਈ ਕਰ ਲਓ ਆਪ, ਕਿਉਂਕਿ ਕਾਫੀ ਬੰਦਿਆਂ ਨੇ ਮੈਸੇਜ ਮੁਸੇਜ ਕੀਤੇ, ਮੈਂ ਤਾਂ ਹੁਣ ਇਸ 'ਤੇ ਵੀਡੀਓ ਬਣਾਉਣ ਲੱਗਾ, ਕੋਈ ਬਾਹਲਾ ਖਰਚਾ ਨਹੀਂ ਹੈਗਾ, 100-150 ਰੁਪਈਆ ਮੈਡੀਕਲ ਦਾ ਵਾ, ਉਹ ਕਿਸੇ ਵੀ ਹੋਸਪਿਟਲ ਤੁਸੀਂ ਕਰਾ ਸਕਦੇ ਹੋ, ਉਹ ਤੁਹਾਨੂੰ ਸਾਰੀ ਨੌਲੇਜ ਉਹਨਾਂ ਨੇ ਦੇ ਦੇਣੀ ਆ ਇਮੀਗ੍ਰੇਸ਼ਨ ਵਾਲਿਆਂ ਨੇ ਜਾਂ ਤੁਸੀਂ ਉੱਥੇ ਜਾਣਾ ਵਾ, ਠੀਕ ਹੈ ਜੀ, ਅਤੇ ਜੇ ਤੁਹਾਡੀ ਕੋਈ ਨਹੀਂ ਬਾਂਹ ਫੜਦੀ ਕੰਪਨੀ ਜਾਂ ਕਿੱਦਾਂ ਹੈ ਨਾ ਤਾਂ ਤੁਸੀਂ ਆਪ ਟਰਾਈ ਕਰ ਲਓ, ਇੰਡੀਆ ਚੱਲ ਗਿਆ ਤੁਸੀਂ ਇਹ ਸੋਚ ਕੇ ਵੀ ਏਜੰਟਾਂ ਨੂੰ ਫੋਨ ਕਰ ਦਿੰਦੇ ਇੱਥੋਂ ਤੁਸੀਂ ਵੀ ਅਸੀਂ ਇੰਡੀਆ ਆ ਰਹੇ ਹਾਂ, ਸਾਨੂੰ ਸਾਡਾ ਕੁਛ ਨਹੀਂ ਬਣ ਰਿਹਾ, ਤੁਸੀਂ ਇੰਡੀਆ ਚੱਲ ਗਏ, ਇੰਡੀਆ ਤੁਹਾਨੂੰ ਮੈਨੂੰ ਨਹੀਂ ਲੱਗਦਾ ਮੀਡੀਆ ਤੁਹਾਨੂੰ ਜਿਹੜਾ 2.5 ਲੱਖ ਤੁਸੀਂ ਦੇ ਕੇ ਆਏ ਤੁਹਾਨੂੰ 2.5 ਲੱਖ ਮਿਲੂਗਾ, ਮੈਨੂੰ ਨਹੀਂ ਲੱਗਦਾ, ਕਿਉਂਕਿ ਬੰਦਿਆਂ ਨੂੰ 2-2 ਮਹੀਨੇ ਹੋ ਗਏ ਗਿਆਂ ਨੂੰ ਜਿਹੜੇ ਇੱਥੋਂ ਇਮੀਗ੍ਰੇਸ਼ਨ ਨੇ ਡਿਪੋਰਟ ਕੀਤੇ ਆ, 7-8 ਜਣੇ, ਉਹਨਾਂ ਨੂੰ 1 ਰੁਪਈਆ ਨਹੀਂ ਮਿਲਿਆ ਹੈਗਾ, ਅਤੇ ਤਾਂ ਕਰਕੇ ਮੈਂ ਕਹਿੰਦਾ ਵੀ ਤੁਸੀਂ ਟਰਾਈ ਕਰ ਲਓ, ਜੇ ਉਹਨਾਂ ਦੇ ਫਿੰਗਰਪ੍ਰਿੰਟ ਹੋਏ ਹੁੰਦੇ ਤਾਂ ਉਹਨਾਂ ਨੂੰ ਕੁਛ ਨਹੀਂ, ਕੋਈ ਚੱਕਰ ਨਹੀਂ ਸੀ ਪੈਣਾ, ਸੋ ਇਹਨਾਂ ਚੀਜ਼ਾਂ ਨੂੰ ਹੁਣ ਤੁਸੀਂ ਆਏ ਇੰਨੇ ਪੈਸੇ ਲਗਾ ਕੇ ਇਹਨਾਂ ਚੀਜ਼ਾਂ ਤੋਂ ਬਚਣ ਲਈ ਫਿਰ ਥੋੜ੍ਹਾ ਜਿਹਾ ਇਹ ਵੀ ਟਰਾਈ ਕਰ ਲਓ, ਸੋ ਅਸੀਂ ਤੁਹਾਨੂੰ ਦੱਸਣਾ ਸੀ ਇਮੀਗ੍ਰੇਸ਼ਨ ਤੋਂ ਬਚਣ ਵਾਸਤੇ ਤਾਂ ਤੁਸੀਂ ਆਪ ਟਰਾਈ ਕਰ ਸਕਦੇ ਹਾਂ ਜੇਕਰ ਕੰਪਨੀ ਤੁਹਾਡਾ ਨਹੀਂ ਕਰਦੀ, ਸੋ ਥੈਂਕ ਯੂ ਜੀ।